ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅਤੇ ਇਸ ਸਪੈਸ਼ਲ ਈਵ ਸੈਟਰਡੇ ਦੇ ਉੱਤੇ ਅਸੀਂ ਲੈ ਕੇ ਆਉਂਦੇ ਹਾਂ ਤੁਹਾਡਾ ਸਭ ਤੋਂ ਫੇਵਰੇਟ ਸ਼ੋਅ ਬਿਜ਼ਨਸ ਆਫ ਦਾ ਵੀਕ ਵਿਦ ਮੀ ਹਰਕੀਰਤ ਸਿੰਘ ਆਹਲੂਵਾਲੀਆ। ਟੂਡੇ ਵੀ ਆਰ ਏਅਰ ਇਨ ਹਿਕਸਵਿਲ ਲੌਂਗ ਆਈਲੈਂਡ ਔਰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਬਿਜ਼ਨਸਿਸ ਆਪਣੇ ਕੰਮ ਕਰ ਰਹੇ ਨੇ। ਪੈਂਡਮਿਕ ਚੱਲ ਰਿਹਾ ਹੈਗਾ ਬਟ ਫਿਰ ਵੀ ਬਿਜ਼ਨਸਿਸ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ ਬੈਕ ਔਨ ਟਰੈਕ ਆ ਰਹੇ ਨੇ। ਸੋ ਅੱਜ ਇੱਕ ਬਿਜ਼ਨਸ ਮਿਸਾਲ ਕਾਇਮ ਕਰ ਰਿਹਾ ਨਿਊਯਾਰਕ ਵਿਖੇ ਜੋ ਕਿ ਬੈਕ ਔਨ ਟਰੈਕ ਵੀ ਆ ਰਿਹਾ ਔਰ ਆਪਣੀ ਸਰਵਿਸਿਜ਼ ਜੋ ਕਿ ਕਾਫੀ ਲੰਬੇ ਸਮੇਂ ਤੋਂ ਹੋਸਪਿਟੈਲਿਟੀ ਬਿਜ਼ਨਸ ਦੇ ਵਿੱਚ ਦਿੰਦਾ ਹੋਇਆ ਆ ਰਿਹਾ, ਅੱਜ ਵੀ ਉਸ ਸਰਵਿਸਿਜ਼ ਬਾਰੇ ਜਾਣਾਂਗੇ। ਜੀ ਹਾਂ, ਠੀਕ, ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਲੋਟਸ ਏਸ਼ੀਅਨ ਫਿਊਜ਼ਨ ਰੈਸਟੋਰੈਂਟ ਹੈਗਾ। ਸੋਂਦੀ ਫੈਮਿਲੀ ਇਹਨੂੰ ਬੜੇ ਪਿਆਰ ਦੇ ਨਾਲ ਬੜੇ ਚਾਹ ਦੇ ਨਾਲ ਚਲਾਉਂਦੀ ਹੈ ਔਰ ਇਸ ਫੈਮਿਲੀ ਦੇ ਵਿੱਚ ਜਿਹੜੀ ਯੂਨਿਟੀ ਵੇਖਣ ਨੂੰ ਮਿਲਦੀ ਹੈ ਉਹ ਇੱਕ ਮਿਸਾਲ ਹੈਗੀ ਹੈ ਆਲ ਓਵਰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ। ਜੇਕਰ ਤੁਸੀਂ ਬਿਜ਼ਨਸਿਸ ਕਰਦੇ ਹੋ ਔਰ ਜਦ ਫੈਮਿਲੀ ਓਰੀਐਂਟਿਡ ਬਿਜ਼ਨਸ ਹੁੰਦਾ ਤਾਂ ਤੁਸੀਂ ਚਾਰ ਚੰਦ ਲਾ ਸਕਦੇ ਹੋ ਆਪਣੇ ਬਿਜ਼ਨਸ ਦੇ ਵਿੱਚ। ਸੋਂਦੀ ਫੈਮਿਲੀ ਲੋਟਸ ਏਸ਼ੀਅਨ ਫਿਊਜ਼ਨ ਕਿਸ ਤਰੀਕੇ ਨਾਲ ਚਲਾ ਰਹੀ ਹੈ ਔਰ ਉਹਨਾਂ ਦੀ ਕੀ ਸੀਕਰੇਟ ਰੈਸਪੀਜ਼ ਹਨ, ਮੈਨੇਜਮੈਂਟ ਦੇ ਵਿੱਚ ਕੌਣ ਕੌਣ ਹੈ, ਕੀ ਕੌਣ ਕੰਮ ਸੰਭਾਲਦਾ, ਸਭ ਕੁਝ ਦਿਖਾਵਾਂਗੇ ਇਨ ਦ ਸਪੈਸ਼ਲ ਐਪੀਸੋਡ ਆਫ ਬਿਜ਼ਨਸ ਆਫ ਦਾ ਵੀਕ। ਲੈਟਸ ਗੋ ਇਨਸਾਈਡ। ਵਾਓ, ਵਾਟ ਅ ਬਿਊਟੀਫੁਲ ਪਿਕਚਰ। ਸੋ ਲਓ ਜੀ, ਆ ਚੁੱਕੇ ਹਾਂ ਲੋਟਸ ਦੇ ਅੰਦਰ ਐਂਡ ਸ਼ਿਵਨ ਭਾਅ ਜੀ ਵੀ ਉੱਥੇ ਮੌਜੂਦ ਨੇ, ਉਹਨਾਂ ਦੇ ਕੋਲ ਚੱਲਦੇ ਹਾਂ ਔਰ ਗੱਲ ਕਰਦੇ ਹਾਂ। ਸੋ ਫਾਈਨਲੀ ਭਾਅ ਜੀ, ਹਾਊ ਆਰ ਯੂ? ਹਾਊ ਯੂ ਡੂਇੰਗ? ਹਰਕਤ, ਆਈ ਐਮ ਗੁੱਡ। ਵੈਰੀ ਨਾਈਸ ਭਾਅ ਜੀ, ਸੋ ਫਾਈਨਲੀ ਵੀ ਆਰ ਹੇਅਰ ਫੋਰ ਦਾ ਸ਼ੋਅ। ਆਈ ਐਮ ਗਲੈਡ ਆਈ ਹੈਵ ਆਲਵੇਜ਼ ਬੀਨ ਵਾਚਿੰਗ ਯੂ ਫਾਰ ਦਿਸ ਬਿਜ਼ਨਸ ਆਫ ਦਾ ਵੀਕ। ਆਈ ਐਮ ਗਲੈਡ ਯੂ ਆਰ ਹੇਅਰ ਫੋਰ ਅਸ ਟੁਡੇ। ਆਫਕੋਰਸ 100% ਆਉਣਾ ਸਾਡਾ ਮਨ ਵੀ ਕਰਦਾ ਸੀਗਾ, ਆਈ ਹੈਵ ਟੇਸਟਿਡ ਯੂਰ ਫੂਡ ਸੋ ਮੈਨੀ ਟਾਈਮਸ, ਬਟ ਅੱਜ ਦਰਸ਼ਕਾਂ ਨੂੰ ਵੀ ਅਸੀਂ ਟੇਸਟ ਦੇ ਨਾਲ ਨਾਲ ਦਿਖਾਵਾਂਗੇ ਵਟ ਕਾਇੰਡ ਆਫ ਸਰਵਿਸਿਜ਼ ਯੂ ਪ੍ਰੋਵਾਈਡ। ਸੋ ਵੀ ਵਿਲ ਡੈਫੀਨੇਟਲੀ ਵਾਂਟ ਟੂ ਨੋ ਅਬਾਊਟ ਯੂਰ ਸੀਕਰਟ ਰੈਸਪੀਜ਼, ਹੂ ਇਜ਼ ਦੇਰ ਇਨ ਦਾ ਕਿਚਨ ਐਂਡ ਫੋਰ ਯੂਰ ਐਕਸਾਈਟਮੈਂਟ ਲੈਵਲ ਵਟ ਗੋਨਾ ਬੀ ਦੇਰ ਇਨ ਦਾ ਸ਼ੋਅ ਟੁਡੇ। ਸ਼ੋਰ, ਸੋ ਬੇਸਿਕਲੀ ਲੋਟਸ ਇਜ਼ ਪ੍ਰੀਟੀ ਮੱਚ ਆਲ ਅਬਾਊਟ ਫੈਮਿਲੀ, ਯੂ ਨੋ ਵੀ ਜਨਰੇਟਡ ਦਿਸ ਫਰੋਮ ਮਾਈ ਮਾਮ, ਵੀ ਆਰ ਹੇਅਰ because of my mom, she's the actual chef. We give the recipes to the chefs, that's my mom's recipes that, you know, we usually use in the restaurant. And pretty much, let's see, we got a couple of new dishes for you today. Loka to bahut suna hai, I've heard, you know, about Rosie ji, that she cooks, you know, a delicious food, and definitely jo sanu ki recipes dassange oh bhi apan darshakan nu dassna hai, and eh vi dassna hai ki kive family oriented business Hicksville Long Island New York vikhe jehda hai ga ਉਹ ਮਿਸਾਲ ਕਾਇਮ ਕਰ ਰਿਹਾ ਸਾਰੇ ਪੰਜਾਬੀਆਂ ਦੇ ਲਈ। ਜੇਕਰ ਤੁਸੀਂ ਹੋਸਪਿਟੈਲਿਟੀ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇਹ ਦੱਸਣਗੇ ਹਾਊ ਦੇ ਗੋਨਾ ਮੇਕ ਯੂਰ ਡ੍ਰੀਮ ਕਮ ਟਰੂ ਇਫ ਯੂ ਆਰ ਪਲੈਨਿੰਗ ਟੂ ਹੈਵ ਯੂਰ ਓਨ ਰੈਸਟੋਰੈਂਟ। ਲੈਟਸ ਗੋ ਇਨਸਾਈਡ ਇਨ ਟੂ ਕਿਚਨ ਐਂਡ ਆਈ ਐਮ ਐਕਸਾਈਟਡ ਫੋਰ ਰੋਜ਼ੀ ਜੀ ਕਿ ਉਹ ਕੀ ਬਣਾ ਰਹੇ ਨੇ। ਆਓ ਚਲੀਏ। ਸੋ ਅਸੀਂ ਹੁਣ ਕਿਚਨ ਦੇ ਅੰਦਰ ਆ ਚੁੱਕੇ ਹਾਂ, ਰੋਜ਼ੀ ਜੀ ਵੀ ਇੱਥੇ ਮੌਜੂਦ ਨੇ। ਸੋ ਸੀਕਰਟ ਰੈਸਪੀਜ਼ ਕੀ ਹਨ ਤੁਹਾਡੀਆਂ, ਕੀ ਅੱਜ ਤੁਸੀਂ ਸਾਨੂੰ ਟੇਸਟ ਕਰਾਉਂਗੇ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੋਇਆ ਚੌਪ ਟੇਸਟ ਕਰਾ ਰਹੀ ਹਾਂ। ਇਹ ਸਾਡੀਆਂ ਆਪਣੀਆਂ ਸੀਕਰੇਟ ਰੈਸਪੀਜ਼ ਹੈਗੀਆਂ ਨੇ ਜਿਹੜੀਆਂ ਅਸੀਂ ਆਪਣੇ ਸ਼ੈਫਸ ਨੂੰ ਹਮੇਸ਼ਾ ਪ੍ਰੋਵਾਈਡ ਕਰਦੇ ਹਾਂ ਕਿ ਕੀ ਮਿਕਸ ਕਰਨਾ ਜਾਂ ਕੁਛ ਵੀ ਹੈ। ਪਹਿਲੇ ਇਹ ਸੋਇਆ ਚੌਪ ਹੈ, ਚਿਕਨ ਚੌਪ ਹੈ ਔਰ ਸਾਡੇ ਤੰਦੂਰੀ ਮੋਮੋਸ ਜੋ ਸਪੈਸ਼ਲ ਕੋਈ ਪੂਰੇ ਇੱਥੇ ਨਹੀਂ ਬਣਾ ਪਾਉਂਦਾ, ਉਹ ਸਿਰਫ ਅਸੀਂ ਬਣਾ ਰਹੇ ਹੈਗੇ ਹਾਂ। ਉਹਦੀਆਂ ਇੱਕ ਸੀਕਰੇਟ ਰੈਸਪੀਜ਼ ਹੈਗੀਆਂ। ਤਾਂ ਉਸ ਤੋਂ ਬਾਅਦ ਬਟਰ ਚਿਕਨ ਹੈ, ਸੈਸਮੇ ਨਾਨ ਹੈ, ਚਿੱਲੀ ਚਿਕਨ, ਬਰੋਕਲੀ ਚਿਕਨ, ਸਭ ਇੰਡੀਅਨ ਸਟਾਈਲ ਦੇ ਵਿੱਚ ਬਣਾਇਆ ਜਾਂਦਾ ਹੈਗਾ, ਜਿਹੜੀਆਂ ਰੈਸਪੀਆਂ ਅਸੀਂ ਆਪ ਪ੍ਰੋਵਾਈਡ ਕਰਦੇ ਹਾਂ ਆਪਣੇ ਸ਼ੈਫਸ ਨੂੰ। ਸੋ ਸੀਕਰੇਟ ਰੈਸਪੀਜ਼ ਦੀ ਗੱਲ ਕਰੀਏ ਤਾਂ ਮੈਰੀਨੇਸ਼ਨ ਵਗੈਰਾ ਹੈਗੀ, ਤੁਸੀਂ ਸ਼ੈਫ ਨੂੰ ਟ੍ਰੇਨ ਕਰਦੇ ਹੋ, ਉਹਨਾਂ ਨੂੰ ਸਮਝਾਉਂਦੇ ਹੋ ਕਿ ਇਹ ਮੈਰੀਨੇਸ਼ਨ ਯੂਜ਼ ਕਰਨੀ ਹੈ, ਫਿਰ ਉਹਨੂੰ ਤੁਸੀਂ ਉਸ ਸਟਾਈਲ ਨਾਲ ਲੋਕਾਂ ਨੂੰ ਪ੍ਰੈਜੈਂਟ ਕਰਦੇ ਹੋ? ਹਾਂਜੀ ਹਾਂਜੀ, ਅਸੀਂ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਅਸੀਂ ਆਪਣੀ ਰੈਸਪੀਜ਼ ਬਣਾਉਂਦੇ ਹਾਂ ਉਹ ਹੀ ਹੈ, ਕਿਉਂਕਿ ਇਹ ਡਿਫਰੈਂਟ ਤਰੀਕੇ ਨਾਲ ਸਾਰੀ ਰੈਸਪੀਜ਼ ਦੀ ਹੈਗੀ ਹੈ। ਸਾਰੀ ਮੈਰੀਨੇਸ਼ਨ ਅਸੀਂ ਆਪ ਪ੍ਰੋਵਾਈਡ ਪਹਿਲੇ ਉਹਨਾਂ ਨੂੰ ਕਰਦੇ ਹਾਂ, ਸਭ ਕੁਝ ਮਿਕਸ ਕਰਕੇ ਦਿੰਦੇ ਹਾਂ, ਉਹਨਾਂ ਨੂੰ ਮੈਰੀਨੇਟ ਕਰਕੇ ਅਤੇ ਫਿਰ ਉਹ ਤੰਦੂਰ ਵਗੈਰਾ ਜਿੱਦੇ 'ਚ ਵੀ ਲਗਾਉਣਾ ਉਹ ਆਪਣਾ ਕੰਮ ਕਰ। ਸੋ ਜਿੰਨੇ ਵੀ ਇਸ ਟਾਈਮ ਘਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਦੇ ਲਈ ਇਹ ਮਿਸਾਲ ਹੈ, ਮੋਟੀਵੇਸ਼ਨ ਹੈ, ਇੰਸਪੀਰੇਸ਼ਨ ਹੈ ਕਿ ਰੋਜ਼ੀ ਜੀ ਨੇ ਆਪਣੇ ਘਰ ਤੋਂ ਸ਼ੁਰੂ ਕੀਤਾ ਬਣਾਉਣਾ ਔਰ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਆਪਦਾ ਰੈਸਟੋਰੈਂਟ ਖੋਲ੍ਹੋ, ਅੱਜ ਫੈਮਿਲੀ ਜਿਹੜੀ ਹੈਗੀ ਹੈ ਉਸ ਗੱਲ ਤੋਂ ਉਹ ਪ੍ਰਭਾਵਿਤ ਹੋਏ, ਦੇ ਕੇਮ ਟੂ ਦਿਸ ਬਿਜ਼ਨਸ ਐਂਡ ਦੇ ਆਰ ਡੂਇੰਗ ਵੈਰੀ ਵੈਲ ਹੇਅਰ ਇਨ ਲੌਂਗ ਆਈਲੈਂਡ ਹਿਕਸਵਿਲ। ਔਰ ਕਾਫੀ ਲੰਬੇ ਸਮੇਂ ਤੋਂ ਲੋਟਸ ਏਸ਼ੀਅਨ ਫਿਊਜ਼ਨ ਆਊਟਡੋਰ ਕੇਟਰਿੰਗਸ ਵੀ ਕਰ ਰਿਹਾ ਹੈ, ਦੇ ਆਲਸੋ ਹੈਵ ਅ ਪਾਰਟੀ ਹਾਲ।
ਸੋ ਇੱਥੇ ਇਨਡੋਰ ਜਿਹੜੀ ਹੈ ਕੇਟਰਿੰਗ ਵੀ ਹੁੰਦੀ ਹੈ, ਪਾਰਟੀ ਵੀ ਹੁੰਦੀ ਹੈ। ਇਫ ਯੂ ਵਾਂਟ ਟੂ ਡੂ ਇਫ ਯੂ ਵਾਂਟ ਟੂ ਕਮ ਹੇਅਰ ਐਂਡ ਡਾਈਨ ਇਨ ਫੋਰ ਆਲਾ ਕਾਰਟ, ਦੇ ਆਲਸੋ ਹੈਵ ਆਲਾ ਕਾਰਟ ਸਰਵਿਸਿਜ਼। ਸੋ ਘਰ ਤੋਂ ਸ਼ੁਰੂ ਹੋਇਆ ਹੋਇਆ ਬਿਜ਼ਨਸ ਅੱਜ ਇਸ ਲੈਵਲ 'ਤੇ ਪਹੁੰਚ ਗਿਆ। ਜੇਕਰ ਰੋਜ਼ੀ ਜੀ ਕਰ ਸਕਦੇ ਨੇ ਤਾਂ ਤੁਸੀਂ ਵੀ ਕਰ ਸਕਦੇ ਹੋ। ਹੁਣ ਰੋਜ਼ੀ ਜੀ ਦੇ ਹੱਥਾਂ ਦਾ ਮੈਜਿਕ ਵੀ ਟੇਸਟ ਕਰ ਲੈਂਦੇ ਹਾਂ। ਸੋਇਆ ਚਾਪ ਇੱਥੇ ਹੈ, ਚਿਕਨ ਚੌਪ ਹੈਗੀ ਹੈ, ਤੰਦੂਰੀ ਮੋਮੋਜ਼ ਦੱਸਿਆ, ਬਟਰ ਚਿਕਨ ਦੱਸਿਆ। ਲੈਟਸ ਹੈਵ ਆ ਫਿਊਜ਼ਨ ਇਨ ਦੇਅਰ ਫੂਡ ਐਂਡ ਲੈਟਸ ਟੇਸਟ ਦੈਟ। ਵੈਰੀ ਜੂਸੀ, ਜਿਹੜੀ ਮੈਰੀਨੇਸ਼ਨ ਹੈ, ਤੰਦੂਰੀ ਮੈਰੀਨੇਸ਼ਨ ਜਿਹੜੀ ਸਾਨੂੰ ਤੰਦੂਰੀ ਚਿਕਨ ਦੇ ਉੱਤੇ ਮਿਲਦੀ ਹੈ, ਸੇਮ ਮੈਰੀਨੇਸ਼ਨ ਬਟ ਡਿਫਰੈਂਟ ਟੇਸਟ, ਲਿਟਲ ਜਿਹੜਾ ਟੇਸਟ ਪੰਜਾਬੀਆਂ ਵਾਲਾ ਹੁੰਦਾ, ਹਲਕਾ ਜਿਹਾ ਸਪਾਈਸ ਉਹ ਵੀ ਹੈ, ਔਰ ਨਾਲੇ ਬਹੁਤ ਜੂਸੀ ਹੈ। ਵੈਰੀ ਗੁੱਡ। ਦਿੱਲੀ ਦੇ ਵਿੱਚ ਬਹੁਤ ਫੇਮਸ ਹੈ ਚਾਪ, ਹਾਂਜੀ, ਸੋਇਆ ਚਾਪ, ਔਰ ਹੌਲੀ ਹੌਲੀ ਜਿਹੜੀ ਹੈ ਨੌਰਥ ਅਮੈਰੀਕਾ ਦੇ ਵਿੱਚ ਵੀ ਐਂਟਰ ਹੋ ਰਹੀ ਹੈ ਹੁਣ। ਬਿਲਕੁਲ, ਕਾਫੀ ਸਾਰੇ ਰੈਸਟੋਰੈਂਟਸ ਨਹੀਂ, ਪਰ ਮੈਂ ਅਗਰ ਨਿਊਯਾਰਕ ਦੀ ਗੱਲ ਕਰਾਂ, ਆਈ ਥਿੰਕ ਫਸਟ ਟਾਈਮ ਮੈਂ ਤੁਹਾਡੇ ਰੈਸਟੋਰੈਂਟ ਦੇ ਵਿੱਚ ਟੇਸਟ ਕੀਤੀ ਹੈ। ਹਾਂਜੀ, ਇਹਨੂੰ ਦੋ ਤਿੰਨ ਤਰੀਕੇ ਨਾਲ ਬਣਾਇਆ ਜਾਂਦਾ ਹੈ। ਮਲਾਈ ਟਿੱਕਾ ਦੀ ਟੇਸਟ ਵਿੱਚ ਵੀ ਬਣਾਇਆ ਜਾਂਦਾ ਹੈ, ਤੰਦੂਰੀ 'ਚ ਵੀ ਬਣਾਇਆ ਜਾਂਦਾ ਹੈ, ਗ੍ਰੀਨ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੋਗੇ ਟੇਸਟ ਉਸ ਤਰ੍ਹਾਂ ਦਾ ਮਿਲ ਜਾਂਦਾ। ਵਾਹ, ਕਿੱਥੇ ਕਿੱਥੇ ਤੋਂ ਕੇਟਰਿੰਗ ਜਿਹੜੀ ਹੈ ਚਲੀ ਜਾਂਦੀ ਹੈ? ਆਲ ਓਵਰ ਅਮੈਰੀਕਾ ਦੇ ਜਿੱਥੇ ਵੀ ਕਿਸੇ ਵੀ ਕਾਰਨਰ, ਵਾਸ਼ਿੰਗਟਨ ਡੀ ਸੀ, ਕਨੈਕਟੀਕਟ, ਬਫਲੋ, ਜਿੱਥੇ ਵੀ ਬੋਲਣਗੇ ਹਰ ਜਗ੍ਹਾ ਕਰ ਸਕਦੇ। ਸੋ ਸ਼ਿਵਨ ਭਾਅ ਜੀ ਹੋਰਾਂ ਨਾਲ ਮਿਲਵਾਵਾਂਗੇ, ਸਾਨੂੰ ਕੇਟਰਿੰਗ ਬਾਰੇ ਹੋਰ ਵੀ ਦੱਸਣਗੇ। ਕੇਟਰਿੰਗ ਪੂਰੇ ਵਧੀਆ ਤਰੀਕੇ ਨਾਲ ਸੰਭਾਲਦੇ ਨੇ। 50 ਆਦਮੀਆਂ ਤੋਂ ਲੈ ਕੇ ਕਿੰਨੇ ਆਦਮੀ ਤੱਕ ਦੀ ਕੇਟਰਿੰਗ ਹੋ ਜਾਂਦੀ ਹੈ? 2000 ਤੱਕ ਦੇ, 3000 ਜਿੰਨਾ ਵੀ ਬੁਲਾ ਲਓ ਬਰਾਤ, ਪਰ ਹਜੇ ਬੁਲਾ ਨਹੀਂ ਸਕਦੇ ਬਿਕੋਜ਼ ਆਫ ਦਿਸ ਸਿਚੁਏਸ਼ਨ। ਬਟ ਯੈਸ, ਇਫ ਯੂ ਆਰ ਪਲੈਨਿੰਗ ਫੋਰ ਅ ਸਮਾਲ ਗੈਦਰਿੰਗ, ਯੈਸ, ਔਰ ਐਨੀ ਕਾਈਂਡ ਆਫ ਈਵੈਂਟ, ਕੇਟਰਿੰਗ ਦੇ ਵਿੱਚ ਕੀ ਕੀ ਕਰਦੇ ਹੋ ਵੀ ਤੁਹਾਨੂੰ ਦਿਖਾਵਾਂਗੇ। ਪਰ ਜੇਕਰ ਤੁਸੀਂ ਅਜੇ ਤੱਕ ਡਾਈਨ ਨਹੀਂ ਕੀਤਾ ਫੋਰ ਦੇਅਰ ਫੂਡ ਹੇਅਰ ਐਂਡ ਲੋਟਸ, ਹੁਣੇ ਆ ਜਾਓ। ਵਾਹ ਜੀ ਵਾਹ, ਮੈਨੂੰ ਪਤਾ ਤੁਹਾਡੇ ਮੂੰਹ 'ਚ ਵੀ ਪਾਣੀ ਆ ਰਿਹਾ ਹੋਣਾ। ਗਲਤੀ ਮੇਰੀ ਹੈਗੀ ਕਿ ਮੈਂ ਇੰਨੇ ਜ਼ਬਰਦਸਤ ਤਰੀਕੇ ਨਾਲ ਤੁਹਾਨੂੰ ਦਿਖਾ ਰਿਹਾ, ਪਰ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ। ਯੂ ਕੈਨ ਕਮ ਹੇਅਰ, ਟੀਵੀ ਸਕਰੀਨ 'ਤੇ ਨੰਬਰ ਚੱਲ ਰਿਹਾ, ਐਡਰੈਸ ਚੱਲ ਰਿਹਾ, ਆ ਕੇ ਡਾਈਨ ਇਨ ਕਰੋ। ਲੈਟਸ ਟੇਸਟ ਦਿਸ ਚਿਕਨ ਚੌਪ, ਮਿੰਟ ਸੌਸ ਥੋੜ੍ਹੀ ਜਿਹੀ ਮੈਂ ਪਾ ਲੈਂਦਾ। ਕੋਈ ਵੀ ਤੰਦੂਰੀ ਆਈਟਮ ਬਿਨਾਂ ਮਿੰਟ ਸੌਸ ਦੇ ਅੱਧੀ ਰਹਿ ਜਾਂਦੀ, ਪੰਜਾਬੀਆਂ ਦੀ ਸਪੈਸ਼ਲ, ਪੰਜਾਬੀਆਂ ਦੀ ਸਪੈਸ਼ਲਿਟੀ ਹੈ ਜੀ। ਅਤੇ ਲੈਟਸ ਟੇਸਟ ਦਿਸ। ਵਾਓ, ਆਉਣਾ ਪੈਣਾ ਤੁਹਾਨੂੰ ਇੱਥੇ, ਇੱਕ ਵਾਰੀ ਫੂਡ ਟੇਸਟ ਕਰੋ। ਕੇਟਰਿੰਗ ਦੇ ਲਈ ਅਗਰ ਤੁਸੀਂ ਸੋਚ ਰਹੇ ਹੋ, ਹਜੇ ਤੱਕ ਤੁਸੀਂ ਕੋਈ ਕੇਟਰਿੰਗ ਹਾਇਰ ਨਹੀਂ ਕੀਤਾ, ਮਾਈਂਡ ਬਲੋਇੰਗ। ਕੇਟਰਿੰਗ ਦੇ ਵਿੱਚ ਕੀ ਕੀ ਸਪੈਸ਼ਲਿਟੀ ਹੈ ਲੋਟਸ ਏਸ਼ੀਅਨ ਫਿਊਜ਼ਨ ਦੀ, ਉਹ ਜਾਣਾਂਗੇ, ਗੱਲ ਕਰਾਂਗੇ ਸ਼ਿਵਨ ਸੋਨੀ ਹੋਰਾਂ ਨਾਲ। ਅਤੇ ਸੋਚਿਆ ਸੀ ਜਿੰਮ ਸ਼ੁਰੂ ਕਰ ਲਈਏ, ਪਰ ਕਿੱਥੇ ਜਿੰਮ ਸ਼ੁਰੂ ਹੋਣਾ, ਲੋਟਸ ਏਸ਼ੀਅਨ ਫਿਊਜ਼ਨ ਦੇ ਵਿੱਚ ਆ ਕੇ। ਜਿੰਮ ਤਾਂ ਰਹੀ ਘਰ ਦੀ ਗੱਲ, ਜਿੰਮ ਤਾਂ ਚਲੋ ਸ਼ੁਰੂ ਕਰਾਂਗੇ ਨਹੀਂ ਕਰਾਂਗੇ, ਕੋਵਿਡ ਚੱਲ ਰਿਹਾ, ਹੁਣ ਤਾਂ ਮੌਕਾ ਮਿਲਿਆ ਕਿ ਚਲੋ ਟਰਾਈ ਕਰਦੇ ਰਹੀਏ, ਐਕਸਪੈਰੀਮੈਂਟ ਕਰਦੇ ਰਹੀਏ। ਬਟ ਨਾਓ ਆਈ ਹੈਵ ਸ਼ਿਵਨ ਸੋਧੀ ਜੀ ਵਿਦ ਮੀ, ਰੋਜ਼ੀ ਸੋਧੀ ਜੀ ਵਿਦ ਮੀ, ਔਰ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਟਸ ਅ ਫੈਮਿਲੀ ਓਰੀਐਂਟਿਡ ਬਿਜ਼ਨਸ। ਐਂਡ ਹੁਣ ਕੇਟਰਿੰਗ ਦੀ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਲੋਟਸ ਏਸ਼ੀਅਨ ਫਿਊਜ਼ਨ ਐਕਸਕਲੂਸਿਵ ਕੇਟਰਿੰਗ ਕਰਦਾ ਨੇਸ਼ਨ ਵਾਈਡ, ਐਂਡ ਦੇ ਰੀਸੈਂਟਲੀ ਡਨ ਪਿਛਲੇ ਸਾਲ ਇਨ ਈਸਟ ਕੋਸਟ, ਉਸ ਕੇਟਰਿੰਗ ਬਾਰੇ ਜਾਣਾਂਗੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਕੇਟਰਿੰਗ ਸਰਵਿਸਿਜ਼ ਐਕਸਕਲੂਸਿਵ ਇਹਨਾਂ ਦੇ ਚਾਟ ਕਾਊਂਟਰਸ, ਇਹਨਾਂ ਦੇ ਲਾਈਵ ਸੈਸ਼ਨਸ ਨੇ, ਐਂਡ ਵਟ ਕਾਈਂਡ ਆਫ ਸਰਵਿਸਿਜ਼ ਦੇ ਪ੍ਰੋਵਾਈਡ ਵੈਨ ਇਟ ਕਮਸ ਟੂ ਕੇਟਰਿੰਗ। ਸ਼ਿਵਨ, ਬਹੁਤ ਵਧੀਆ ਮੈਨੂੰ ਫੂਡ ਲੱਗਿਆ ਰੋਜ਼ੀ ਜੀ ਨੇ, ਮਤਲਬ ਜਿਹੜੇ ਮੈਨੂੰ ਹੁਣੇ ਫੂਡ ਖਿਲਾਇਆ, ਮਤਲਬ ਮਾਈਂਡ ਬਲੋਇੰਗ ਬ੍ਰਦਰ। ਅਤੇ ਵੈਨ ਇਟ ਕਮਸ ਟੂ ਕੇਟਰਿੰਗ, ਟੈਲ ਮੀ ਮੋਰ ਅਬਾਊਟ ਯੋਰ ਸਰਵਿਸਿਜ਼, ਵਟ ਯੂ ਗਾਈਜ਼ ਡੂ, ਯੂ ਨੋ, ਵਟ ਇਜ਼ ਯੋਰ USP? ਇਫ ਆਈ ਵਾਂਟ ਟੂ, ਯੂ ਨੋ, ਬੁੱਕ ਫੋਰ ਐਗਜ਼ਾਮਪਲ ਫੋਰ, ਯੂ ਨੋ, ਮਾਈ ਸਮਾਲ ਗੈਟ ਟੂਗੈਦਰ, ਵਟ ਯੂ ਕੈਨ ਪ੍ਰੋਵਾਈਡ ਮੀ ਔਨ ਅ ਟੇਬਲ? Sure. Well, first of all, thank you that you love the food. Anything that you guys are looking for, pretty much, as you mentioned, chart stations to sushi bars to live grills to tandoor live, you know, whatever you're looking for, we're there for you. And if you are far away from us, it doesn't matter. We go out there to any state, Michigan, you name it, Detroit, anywhere you want us to come, we will come to you and we will serve you guys. ਸੋ ਜਿਵੇਂ ਮੈਨੂੰ ਦੱਸਿਆ ਸ਼ਿਵਨ ਹੋਰਾਂ ਨੇ, ਇੱਥੇ ਇਹਨਾਂ ਦੀ ਐਕਸਕਲੂਸਿਵ ਕੇਟਰਿੰਗ ਹੁੰਦੀ ਹੈ।
ਤੁਸੀਂ ਮਿਡਵੈਸਟ ਰਹਿੰਦੇ ਹੋ, ਓਹਾਇਓ ਰਹਿੰਦੇ ਹੋ, ਜਾਂ ਫਿਰ ਤੁਸੀਂ ਸ਼ਿਕਾਗੋ ਹੋ, ਡਿਮੋਇਨਸ ਹੋ, ਮਿਸ਼ੀਗਨ ਹੋ, ਤਾਂ ਉੱਥੇ ਵੀ ਦੇ ਕੈਨ ਕਮ ਟੂ ਯੂ ਐਂਡ ਪ੍ਰੋਵਾਈਡ ਯੂ ਆ ਕੇਟਰਿੰਗ ਸਰਵਿਸਿਜ਼, ਜਿਹੜੀ ਇਸ ਟਾਈਮ ਤਸਵੀਰਾਂ ਟੀ ਵੀ ਸਕਰੀਨ ਦੇ ਉੱਤੇ ਚੱਲ ਰਹੀਆਂ ਹਨ। ਇਹਨਾਂ ਦੀ ਐਕਸਕਲੂਸਿਵ ਕੇਟਰਿੰਗ ਹੈਗੀ ਹੈ, ਨੇਸ਼ਨ ਵਾਈਡ ਕੇਟਰਿੰਗ ਕਰਦੇ ਹਨ, ਈਸਟ ਕੋਸਟ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਕਰਕੇ ਆਏ ਹਨ। ਇਫ ਯੂ ਆਰ ਲਿਵਿੰਗ ਇਨ ਵਾਸ਼ਿੰਗਟਨ ਡੀਸੀ, ਵਰਜੀਨੀਆ, ਬਾਲਟੀਮੋਰ, ਮੈਰੀਲੈਂਡ, ਕਨੈਕਟੀਕਟ, ਨਿਊ ਜਰਸੀ, ਆਫਕੋਰਸ ਹੇਅਰ ਇਨ ਨਿਊਯਾਰਕ, ਇਹਨਾਂ ਦੇ ਲਾਈਵ ਕਾਊਂਟਰਸ ਬਹੁਤ ਮਸ਼ਹੂਰ ਹਨ। ਇਹਨਾਂ ਦੀ ਐਕਸਪਰਟੀਸ ਟੀਮ ਜਿਹੜੀ ਹੈ ਸਪੈਸ਼ਲ ਇਸ ਪੂਰੀ ਕੇਟਰਿੰਗ ਦੇ ਵਿੱਚ ਪਹੁੰਚਦੀ ਹੈ। ਇਫ ਯੂ ਵਾਂਟ ਯੂ ਨੋ ਡਿਫਰੈਂਟ ਸਟਾਈਲ, ਇਫ ਯੂ ਵਾਂਟ ਟੂ ਹੈਵ ਸਟਰੀਟ ਫੂਡ, ਗੋਲ ਗੱਪੇ ਹੋਣ, ਚਾਟ ਟਿੱਕੀਆਂ ਹੋਣ, ਭੱਲੇ ਪਾਪੜੀ ਹੋਣ, ਉਹਨਾਂ ਦੇ ਐਕਸਕਲੂਸਿਵ ਲਾਈਵ ਕਾਊਂਟਰਸ ਜਿਹੜੇ ਨੇ, ਜਿਹੜੀ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਟੀ ਵੀ ਸਕਰੀਨ ਦੇ ਉੱਤੇ, ਉਹ ਲੱਗਦੀਆਂ ਹਨ। ਵੈਨ ਇਟ ਕਮਸ ਟੂ ਫਿਊਜ਼ਨ, ਸੋ ਸੁਸ਼ੀ ਬਾਰ ਜਿਹੜਾ ਸਪੈਸ਼ਲ, ਉਹ ਵੀ ਜਿਹੜਾ ਸਟੇਸ਼ਨ ਤੁਸੀਂ ਵੇਖ ਸਕਦੇ ਹੋ। ਇਫ ਯੂ ਵਾਂਟ ਟੂ ਹੈਵ ਇਟੈਲੀਅਨ ਕੁਜ਼ੀਨ, ਮੈਕਸੀਕਨ ਗ੍ਰਿਲ, ਇਫ ਯੂ ਵਾਂਟ ਹੈਵ ਨਾਰਥਨ ਇੰਡੀਆ ਕੁਜ਼ੀਨਸ, ਸਟਰੀਟ ਫੂਡ ਕਮ ਫਰੋਮ ਇੰਡੀਆ, ਐਂਡ ਯੂ ਵਾਂਟ ਟੂ ਹੈਵ ਡਿਫਰੈਂਟ ਸਟਾਈਲ ਚਾਈਨੀਜ਼, ਦੇ ਹੈਵ ਆਲ ਲਾਈਫ ਕਾਊਂਟਰਸ ਐਂਡ ਦੇ ਹੈਵ ਐਕਸਪਰਟੀਸ ਟੀਮ, ਪ੍ਰੋਫੈਸ਼ਨਲ ਟੀਮ। ਤੁਹਾਨੂੰ ਕੋਈ ਵੀ ਕੁਜ਼ੀਨ ਚਾਹੀਦਾ ਵਰਲਡ ਦਾ, ਦੇ ਕੈਨ ਗੈਟ ਯੂ ਔਨ ਯੋਰ ਟੇਬਲ। ਸੋ ਜਿਸ ਯੂ ਜਸਟ ਹੈਵ ਟੂ ਕਾਲ ਦੇਅਰ ਨੰਬਰ, ਜਿਹੜਾ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ ਨਾ ਜੀ, ਉਸ ਨੰਬਰ ਨੂੰ ਜ਼ਰੂਰ ਮਿਲਾ ਲਓ, ਕਿਉਂਕਿ ਉਸ ਨੰਬਰ ਤੋਂ ਹੀ ਮਿਲਾ ਕੇ ਤੁਸੀਂ ਸ਼ਿਵਨ ਸੋਨੀ ਹੋਰਾਂ ਨਾਲ ਗੱਲ ਕਰ ਸਕਦੇ ਹੋ, ਕੇਟਰਿੰਗ ਬਾਰੇ ਦੱਸ ਸਕਦੇ ਹੋ, ਤੁਹਾਨੂੰ ਕੀ ਤੁਹਾਡੀ ਰਿਕੁਆਇਰਮੈਂਟ ਹੈ। ਤੁਹਾਡੇ ਘਰ ਦੇ ਵਿੱਚ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਆ ਰਿਹਾ, ਮੈਨੂੰ ਪਤਾ ਹੁਣ ਜ਼ਿਆਦਾ ਗੈਦਰਿੰਗ ਨਹੀਂ ਹੋ ਸਕਦੀ, ਬਟ 50 ਬੰਦਿਆਂ ਤੋਂ ਲੈ ਕੇ 2000 ਬੰਦਿਆਂ ਤੱਕ ਦੀ ਜਿਹੜੀ ਕੇਟਰਿੰਗ ਹੈ ਉਹ ਵੀ ਅਵੇਲੇਬਲ ਹੈ। ਮੈਂ ਫੂਡ ਆਪ ਟਰਾਈ ਕੀਤਾ ਜੀ, ਅਤੇ ਇਸ ਗੱਲ ਦੀ ਗਰੰਟੀ ਮੈਂ ਦੇ ਸਕਦਾ, ਫੂਡ ਇਹਨਾਂ ਦਾ ਬਹੁਤ ਵਧੀਆ। ਜਿਸ ਤਰੀਕੇ ਨਾਲ ਸਾਨੂੰ ਤੜਕਾ ਚਾਹੀਦਾ ਹੁੰਦਾ ਫੂਡ ਦੇ ਵਿੱਚ, ਪੰਜਾਬੀ ਫਿਊਜ਼ਨ ਸਟਾਈਲ ਚਾਹੀਦਾ ਹੁੰਦਾ, ਉਹ ਇਹਨਾਂ ਦੇ ਫੂਡ ਦੇ ਵਿੱਚ ਅਵੇਲੇਬਲ ਹੈਗਾ। ਇਹਨਾਂ ਦੀ ਸੀਕਰੇਟ ਰੈਸਿਪੀਜ਼, ਜਿਵੇਂ ਰੋਜ਼ੀ ਜੀ ਨੇ ਸਾਨੂੰ ਦੱਸਿਆ ਕਿ ਇਹਨਾਂ ਦੀ ਮੈਰੀਨੇਸ਼ਨ ਜਿਹੜੀ ਹੈਗੀ ਹੈ ਉਹਨੂੰ ਆਪ ਤਿਆਰ ਕਰਦੇ ਹਨ, ਸ਼ੈੱਫ ਨੂੰ ਦੱਸਿਆ ਜਾਂਦਾ, ਉਹ ਵੀ ਬਕਾਇਦਾ ਇੱਥੇ ਮਿਲਦੀ ਹੈ। ਲੋਟਸ ਏਸ਼ੀਅਨ ਫਿਊਜ਼ਨ ਰੈਸਟੋਰੈਂਟ ਦੀ ਤੁਸੀਂ ਫਰੈਂਚਾਈਜ਼ੀ ਸੋਚ ਰਹੇ ਹੋ, ਯੂ ਵਾਂਟ ਟੂ ਕਮ ਇਨ ਦਿਸ ਬਿਜ਼ਨਸ, ਤੁਸੀਂ ਬਹੁਤ ਵਧੀਆ ਖੁਦ ਆਪ ਬਣਾਉਂਦੇ ਹੋ, ਬਟ ਯੂ ਡੋਂਟ ਨੋ ਦ ਇਨ ਐਂਡ ਆਊਟਸ ਆਫ ਦਿਸ ਬਿਜ਼ਨਸ। ਇਫ ਯੂ ਵਾਂਟ ਟੂ ਹੈਵ ਫਰੈਂਚਾਈਜ਼ੀਜ਼, ਉਸਦੇ ਬਾਰੇ ਵੀ ਗੱਲ ਕਰਦੇ ਹਾਂ। ਸੋ ਸ਼ਿਵਨ, ਵੈਨ ਇਟ ਕਮ ਟੂ ਫਰੈਂਚਾਈਜ਼ੀਜ਼, Yeah, sure. How they can, you know, our viewers can avail? So basically, you know, if anybody is interested, you know, to open up a restaurant, we can definitely come out to any state that you're in. We'll come in, we'll show you, we'll set it up, we'll get all the ingredients, you know, everything, all the masalas pretty much, all the gravies, and the chefs, you know, we'll get everything for you guys, pretty much get everything up and running. And run the show. So you can do the franchise. You can do the franchise. For sure. You can do the franchise. You can do the franchise. You can do the Lotus to Adi State. But you can call the number on the TV screen. Call the number. If you have a business, you can do the business. Every business, every family, ਕੰਮ ਵੀ ਅਸੀਂ ਡੰਡੇ ਨਾਲ ਕਰਦੇ ਹਾਂ, ਕਹਿੰਦੇ 4-5 ਤਰੀਕੇ ਨਾਲ ਹੀ ਬੰਦਾ ਕੰਮ ਕਰਦਾ, ਪਿਆਰ ਨਾਲ, ਮੁਹੱਬਤ ਨਾਲ ਕਰਵਾ ਲਈਏ, ਜਾਂ ਕੋਈ ਲਾਲਚ ਹੋਏ ਤਾਂ ਕਰਦਾ, ਜਾਂ ਫਿਰ ਡੰਡਾ ਹੋਏ ਤਾਂ ਕਰਦਾ, ਅਤੇ ਪਿਓ ਦਾ ਡੰਡਾ ਬੜਾ ਜ਼ਰੂਰੀ ਹੈ ਜੀ। ਅਤੇ ਇਸ ਪੂਰੇ ਬਿਜ਼ਨਸ ਨੂੰ ਟੇਕ ਕੇਅਰ ਕਰਨ ਦੇ ਲਈ ਰੋਜ਼ੀ ਸੋਨੀ ਜੀ ਜਿਹੜੇ ਨੇ, ਉਹਨਾਂ ਦੀ ਵਰਗੀ ਹਸਤੀ ਜਿਹੜੀ ਲੌਂਗ ਆਈਲੈਂਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ ਕਿ ਦੇ ਕੈਨ ਲੁੱਕ ਆਫਟਰ ਦਿਸ ਫੈਮਿਲੀ ਬਿਜ਼ਨਸ, ਮੈਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨਾ ਚਾਹਾਂਗਾ। ਰੋਜ਼ੀ ਜੀ, ਭਾਵੇਂ 20 ਸਾਲ ਪਹਿਲਾਂ ਤੁਹਾਡੀ ਫੋਟੋ ਵੇਖ ਲਈਏ, ਭਾਵੇਂ ਹੁਣ ਵੇਖ ਲਈਏ, ਰੋਜ਼ੀ ਰੋਜ਼ੀ ਨੇ, ਚੱਕਰ ਕੀ ਹੈ? ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਰੋਜ਼ੀ ਜੀ, ਮੈਂ ਜ਼ਰੂਰ ਤੁਹਾਡੇ ਸਟਰਗਲ ਬਾਰੇ ਜਾਣਨਾ ਚਾਹਾਂਗਾ, ਬਿਕੋਜ਼ ਪੀਪਲ ਨੋ ਯੂ ਬੈਕ ਫਰੋਮ ਰਿਚਮੰਡ ਹਿੱਲ, ਯੂ ਨੋ ਇਨ ਨਿਊਯਾਰਕ ਯੂ ਸਟਾਰਟਡ ਅ ਬਿਜ਼ਨਸ ਦੇਅਰ ਆਲਸੋ, ਸੋ ਮੈਂ ਜਾਣਨਾ ਚਾਹਾਂਗਾ, ਮਤਲਬ ਕਿਵੇਂ ਸਟਰਗਲ ਕਰਕੇ, ਕਿਉਂਕਿ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਇਸ ਟਾਈਮ ਵਿਊਅਰ ਦੇਖ ਰਹੇ ਨੇ, ਕਿੰਨਾ ਹਾਰਡਵਰਕ ਕਰਨ ਤੋਂ ਬਾਅਦ ਬੰਦਾ ਇੱਥੇ ਪਹੁੰਚਦਾ, ਔਰ ਕਿਸ ਤਰੀਕੇ ਦੀ ਡੈਡੀਕੇਸ਼ਨ ਸਾਨੂੰ ਚਾਹੀਦੀ ਹੁੰਦੀ ਹੈ। ਅੱਜ ਮੈਂ ਸ਼ਿਵਨ ਦੇ ਅੰਦਰ ਵੀ, ਸਨੀ ਹੋਰਾਂ ਦੇ ਅੰਦਰ ਵੀ ਉਹ ਡੈਡੀਕੇਸ਼ਨ ਦੇਖਦਾ ਤੁਹਾਡੇ ਦੋਨੋਂ ਪੁੱਤਰਾਂ ਦੇ ਅੰਦਰ, ਸੋ ਉਹਨਾਂ ਨੂੰ ਕੀ ਤੁਸੀਂ ਸਿਖਾਉਂਦੇ ਹੋ, ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ? ਸਟ੍ਰਗਲ ਦੇ ਅੰਦਰ ਦੇਖੋ, ਇਸ ਤਰ੍ਹਾਂ ਪਹਿਲੇ ਮੈਂ ਬੜੇ ਬਿਜ਼ਨਸ ਕੀਤੇ, ਸੈੱਲ ਫੋਨ ਦਾ ਕੰਮ ਕੀਤਾ, ਹੋਰ ਬਿਜ਼ਨਸ ਕੀਤੇ, ਲੇਕਿਨ ਜਿਹੜਾ ਮੇਰਾ ਪਿੱਛੋਂ ਸ਼ੁਰੂ ਤੋਂ ਮੇਰਾ ਇੰਡੀਆ ਤੋਂ ਮੇਰਾ ਆਪਣਾ ਰੈਸਟੋਰੈਂਟ ਹੈਗਾ ਇੰਡੀਆ ਦੇ ਅੰਦਰ, ਔਰ ਫਿਰ ਮੈਂ ਆਪਣਾ ਕੁਈਨਸ ਦੇ ਅੰਦਰ ਆਪਣਾ ਕੁਆਲਿਟੀ ਵੀ ਕੀਤਾ। ਇਸ ਤਰ੍ਹਾਂ ਕਰਕੇ ਮੇਰੀ ਵਾਈਫ ਨੂੰ ਬਹੁਤ ਸ਼ੌਂਕ ਹੈ, ਮੈਨੂੰ ਖੁਦ ਨੂੰ ਬਹੁਤ ਸ਼ੌਂਕ ਹੈ ਕਿ ਕਿਸ ਤਰ੍ਹਾਂ ਬਣ ਰਿਹਾ, ਕੀ ਹੋ ਰਿਹਾ। ਮੈਂ ਕਾਫੀ ਟਾਈਮ, ਜ਼ਿਆਦਾ ਕਰ ਜਦੋਂ ਵੀ ਆਉਂਦਾ ਰੈਸਟੋਰੈਂਟ 'ਤੇ, ਮੈਕਸੀਮਮ ਮੇਰਾ ਟਾਈਮ ਮੇਰੇ ਰੈਸਟੋਰੈਂਟ ਦੇ ਅੰਦਰ ਮੈਂ ਕਿਚਨ ਦੇ ਅੰਦਰ ਬਿਤਾਉਂਦਾ, ਕਿਉਂਕਿ ਮੈਂ ਹਰ ਟਾਈਮ ਸ਼ੈਫ ਨਾਲ ਡਿਸਕਸ ਕਰਦਾ ਰਹਿੰਦਾ ਕੀ ਠੀਕ ਬਣਿਆ, ਕੀ ਨਹੀਂ ਬਣਿਆ, ਇਹਦੇ 'ਚ ਇਹਨੇ ਕੀ ਪਾਇਆ, ਕਿਸ ਤਰ੍ਹਾਂ ਕੀਤਾ। ਜੇ ਮੇਰੀ ਵਾਈਫ ਜਿਸ ਤਰ੍ਹਾਂ ਉਹਨੂੰ ਦੱਸਦੀ ਹੈ ਰੈਸਪੀਆਂ, ਅਤੇ ਮੇਰੀ ਵਾਈਫ ਦੱਸਦੀ ਹੈ, ਉਸ ਤੋਂ ਬਾਅਦ ਮੈਕਸੀਮਮ ਮੈਂ ਉੱਥੇ ਖੜਾ ਹੋ ਕੇ ਉਹਨਾਂ ਰੈਸਪੀਆਂ ਨੂੰ ਉਸੇ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਦਾ ਵਾਂ ਕਿ ਬਈ ਹਰ ਆਦਮੀ ਨੂੰ ਉਹਦਾ ਆਪਣਾ ਇੱਕ
पता लगे भी की चीज़ आ रही है। अगर मेरे किसी भी यार दोस्त का किसी भी कस्टमर का आर्डर आता तो मैं केटरिंग का या फूड का वो मैं अपने आप पूरी पूरी कोशिश करता वहाँ कि वो क्वांटिटी अच्छी भेजा और प्लस की क्वालिटी अच्छी भेजा, क्योंकि अगर क्वांटिटी भी अच्छी होनी चाहिए तो अपना क्वालिटी भी अच्छी होनी चाहिए, दोनों चीज़ें मेरी पूरी पूरी कोशिश होती है कि हर चीज़ मेरे। फिर मैं उन्होंने बकायदा कई बंद फोन करके पता भी कर दाँगा कि साड़ा फूड कैसा लगा कैसा नहीं लगा, तो जो कोई कहना अगर किसी नहीं भी अच्छा लगता तो मैं उन्होंने कहना मैंने दसो कि मैं वो अंदर ठीक कर सकते अगर नहीं भी अच्छा, तो यह नहीं है कि मेरा फूड अच्छा है मेरा नहीं है, नहीं जो वाहगुरु करता अच्छा ही करता, लेकिन यह कि वो अंदर साड़ी कोशिश पूरी होती है, तो बाकी जो कस्टमर की रिक्वायरमेंट है सानू उधर चलना भी पैंदा। थैंक यू सारे का। बिल्कुल वाहगुरु जो करता वधिया ही करता, एंड मैं जरूर शिवन होर तो भी जानने की कोशिश करांगा। शिवन व्हेन इट कम्स टू केटरिंग बैक अगेन यू नो, सो हुण जिहड़ी साडी यंग जनरेशन है यू नो व्हाट दे वांट, सो की डिमांड उन्हां नूं आउंदी और तुसीं कीवें ये सारी सर्विसेज अवेलेबल कराने हो? बेसिकली यू नो दे आर लुकिंग फॉर अ गुड फर्स्ट प्रायोरिटी फॉर फूड, यू नो दैट्स नंबर वन प्रायोरिटी फॉर एवरी कस्टमर। सेकंड इज ऑल बेसिकली द वे वी डिस्प्ले. Right. Everybody's looking these days into display, how we display things, how we present ourselves, you know. And we have a full experienced team, you know, that does all of this. Any type of bartenders, any type of servers you're looking for, we have all professional, you know, people working with our team. And pretty much whatever there, man, we're there for them. I'm not sure if you're looking at the pictures, but you can see that जिहड़े इन्हां दे टीम हैगी है बकायदा उन्हां नूं पग बन्नी जा रही है और पूरा मैं कहूँगा ट्रेडिशन थीम गोइंग ऑन, यू नो वी कीप दैट थीम। गुरुद्वारे दी कोई भी केटरिंग होंदी है उहदे अंदर असीं कोशिश करदे हां कि अपने मुंडियां नूं पगड़ी बना के अंदर लैके जाइए, नहीं तो पटके तो होंगे ही ने सारे को, लेकिन साड़ी कोशिश यह होंदी है कि असीं पगड़ी बना के मुंडे लैके जाइए अंदर, तो उस चीज़ सर्विस करते हैं वो पगड़ी के नाल करते हैं। बिल्कुल, सो तस्वीर राही देख सकते हो इन्हां दे एक्सक्लूसिव फ्रूट चैट काउंटर्स, इन्हां दे एक्सक्लूसिव street food counters, yeah. And that display South Indian style. We have dosa, yeah. We have anything the customer is looking for pretty, right. Much we can get it. So from Kashmir to Kanyakumari, when it comes to India, you can provide everything. I'm pretty sure I can do this. World cuisine, what cuisines you can get away? We can do Mediterranean, we can do Chinese, Indochina, we already do, you know, that's part of it. Yeah, we do actually, we capture a lot of Jain market as well, lot of Jain customers. We have a lot of big community of Jain in Hicksville, and they love our food, so we capture that a lot. And as you said, worldwide, we can... And then, you know, as you said, as you mentioned, worldwide, we can do Mediterranean, we can do... Chinese ho gaya, Indo-Chinese ho gaya, Mediterranean ho gaya, Mexican, sorry, yep. Bilkul. So, matlab, couple of other, you know, whatever the customer is required, we can get it done. So, I think a requirement hoti hai. Shivan, theme bahut aajkal chal rahi hai. So, you know, bride and groom, they want to have a theme. When it comes to theme, so what theme you tell to them and they can have that kind of themes in their wedding as well? Whatever the customer is looking for again, right. You know, if they're looking for a certain theme, let's say, you know, if it's in a month of December, they want something to do with Christmas, right. We provide, you know, we present ourselves, our dishes and into, you know, Christmas themes, you know, with colors, you know, the red, white, you know, we put in our fusions into it. Hun aun wale samay de vich I think summer bhi aun wali hai, winter ta shuru ho gayi hai, par jekar tusi summer de vich soch rahe ho wedding karan layi, ਤੁਸੀਂ ਕਿੱਥੇ ਵੀ ਰਹਿੰਦੇ ਹੋ ਡੋਂਟ ਵਰੀ, ਇਹਨਾਂ ਦੇ ਰੇਟਸ ਵੀ ਜਿਹੜੇ ਨੇ ਉਹ ਵੀ ਤੁਹਾਨੂੰ ਦੱਸੇ ਜਾਣਗੇ ਐਕਸਕਲੂਸਿਵ, ਤੁਸੀਂ ਕੋਈ ਵੀ ਜਗ੍ਹਾ ਬੁੱਕ ਕਰ ਸਕਦੇ ਹੋ ਔਰ ਉੱਥੇ ਜੇਕਰ ਕੇਟਰਿੰਗ ਤੁਸੀਂ ਬਾਹਰ ਤੋਂ ਕਰਾਉਣਾ ਚਾਹੁੰਦੇ ਹੋ ਸੋ ਫਟਾਫਟ ਇਸ ਨੰਬਰ ਦੇ ਉੱਤੇ ਕਾਲ ਕਰ ਲਓ, ਤੁਸੀਂ ਕਾਲ ਕਰਕੇ ਇਹਨਾਂ ਦੀ ਸਰਵਿਸਿਜ਼ ਜਿਹੜੀ ਹੈ ਲੈ ਸਕਦੇ ਹੋ। ਔਰ ਜੇਕਰ ਤੁਸੀਂ ਹਜੇ ਤੱਕ ਲੋਟਸ ਏਸ਼ੀਅਨ ਫਿਊਜ਼ਨ ਨਹੀਂ ਆਏ, ਖਾਣਾ ਟਰਾਈ ਨਹੀਂ ਕੀਤਾ ਇਹਨਾਂ ਦੇ ਖਾਣਾ ਜ਼ਰੂਰ ਟਰਾਈ ਕਰੋ। ਮੈਂ ਜਿਵੇਂ ਅੱਜ ਸਾਰੀ ਚੀਜ਼ਾਂ ਇਹਨਾਂ ਦੀ ਟਰਾਈ ਕੀਤੀਆਂ ਸੀਗੀਆਂ, ਸਟਾਰਟਿੰਗ ਫਰੋਮ ਦੇਅਰ ਐਪਟਾਈਜ਼ਰ ਟੂ ਦੇਅਰ ਮੇਨ ਕੋਰਸ ਐਂਡ ਟੂ ਦੇਅਰ ਯੂ ਨੋ ਐਕਸਕਲੂਸਿਵ ਮੌਕਟੇਲਸ। And if you want to have a feel of India, so under one roof, you can have a feel of India. And if you want to book a small party from 50 to 150 people, they also have a party hall available here. So they can also provide you that kind of service. And come here and dine in right now. So break to baad hun saade saare darshakaan da swagat hai ji. Hospitality business the which sky is the limit if you give a good food, good presentation, good ambience, if when it comes to restaurant, then 100% tonu success jehdi hai oh zarur hasil hundi hai. And jehde samne viewers hun system sanu vekh rahe ne, if you're looking to have your own restaurant, you want to get into a catering business,
So you can get all the things you can inspired from Shivan here. So he joined his family business and now he is helping his family to grow in this business. So he is handling a catering department. So I think aaj inna de kol baqaida inna de customers bhi aaye ne jo ki catering book karan aaye ne, unhan naal bhi assi gal karange. So Shivan, main pehla tode to jana chahanga ki inna customers bare kon ne, so aaj especially tode kol aaye ne, for what kind of services? He's our regular he's our regular customer who's been coming to us from the past 3 to 4 months, and he's been coming every other week, and he loves our food, and he just called me and he said, Shivan, I want to book a party, I have a private get together, and he's going to be here for the menu and he's going to talk about a couple of things with us. Awesome. Yeah. So sir, thank what's you. Your His name? His name is Rahul. My name is Rahul. So Rahul ji, tohara swagat hai. Thank you. So sir, kab se aa rahe hain aap Lotus, aur welcome ma'am, aapka bhi swagat hai bahut. So kab se aa rahe hain aap Lotus, and what is the most important thing you like here in Lotus? Well, first of all, thank you for having me here, and I'm coming to Lotus from last 3 to 4 months, and there's an interesting story behind it. Like, I moved from Tampa, Florida to here, and my wife is from Hicksville. So the first day I landed here, she said, you must try the first thing, even before testing the home food, she said, must try the food of Lotus. Okay. And since then, I'm a fan of this place. So when it comes to Lotus, ma'am, what do you have to say for this restaurant, for their food, for their ambience? What do you like? I would say that the food is great, especially for working ladies. I would say that it's a one-stop shop where you can have homemade food. Okay. So you don't have to worry about especially your health. Husband loves it, right? Yeah, and especially husband loves it. So you can save your time and enjoy the time. Catering, which Rahul, what you looking for? So what you going to order, and kinne lokan di catering hai ke tode ghar de vich? The catering, like maybe we are planning for more people, but due to COVID, we have some restrictions. Okay. But talking about the food, I can go on and on. Starting from appetizer to the main course to the sweet dish. Very nice. So you love, you are a vegetarian or you are a non-vegetarian? I'm non-vegetarian. So what do you like in non-veg appetizers? Everything, like starting from your tandoori chicken, momos. The Cornish tandoori chicken is one of my favorite. Then your tandoori momos. The marination over here is just like, it feels like, you know, Punjab, that Delhi local restaurant food. Right. It reminds me of those places. It's awesome. So you like a marination on their, you know, appetizer? Yeah, the marination is just like, it's different, I would say that. So marination hoye bhi kyun na ji, kyunki marination jime assi tonu dikhaya siga, Rozi ji de hatta da magic hai ga marination de utte. And when it comes to marination, they have a secret recipe on their marinations. And wow. Even they eh bhi keh rahe ne ki jekar tusi restaurant kholna chahunde ho, you want to have your own restaurant franchisee, they are looking for partners there in other different states. So they will come in your state, they will do a restaurant consulting, they will give you a team, they will give you a name, and after name you will have a good fame. But you have to call this number. We are telecasting right now, we are showcasing right now. ਸਕਰੀਨ ਦੇ ਉੱਤੇ ਇਸ ਟਾਈਮ ਅਸੀਂ ਸਕਰੋਲ ਕਰ ਰਹੇ ਹਾਂ ਨੰਬਰ ਨੂੰ, ਹੁਣੇ ਕਾਲ ਕਰੋ ਜਿਹੜਾ ਨੰਬਰ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ। ਕੇਟਰਿੰਗ ਤੁਸੀਂ ਬੁੱਕ ਕਰਨੀ ਹੈ, ਫਰੈਂਚਾਈਜ਼ੀ ਤੁਸੀਂ ਗੱਲ ਕਰਨੀ ਹੈ, ਜਾਂ ਯੂ ਵਾਂਟ ਟੂ ਕਮ ਐਂਡ ਡਾਈਨ ਇਨ ਹੇਅਰ ਇਨ ਲੋਟਸ ਫਿਊਜ਼ਨ ਰੈਸਟੋਰੈਂਟ, ਕਾਲ ਦੈਮ ਰਾਈਟ ਨਾਓ ਐਂਡ ਟੈਲ ਦੈਮ ਦੈਟ ਵੀ ਹੈਵ ਸੀਨ ਯੂਰ ਸ਼ੋਅ ਔਨ ਜਸਟ ਪੰਜਾਬੀ। ਅਤੇ ਜੇ ਤੁਸੀਂ ਇਹ ਗੱਲ ਕਹੋਗੇ ਕਿ ਆਪਾਂ ਜਸਟ ਪੰਜਾਬੀ ਜਿੱਥੇ ਸ਼ੋਅ ਦੇਖਿਆ, ਤਾਂ ਭਾਅ ਜੀ ਡਿਸਕਾਊਂਟ ਵੀ ਦੇਣਗੇ, ਮਨਾ ਨਹੀਂ ਕਰਦੇ। ਠੀਕ ਹੈ ਜੀ, ਪੱਕਾ ਓਕੇ, ਡਿਸਕਾਊਂਟ ਵੀ ਮਿਲੇਗਾ ਤੁਹਾਨੂੰ। ਜੇਕਰ ਤੁਸੀਂ ਕਿਹਾ ਕਿ ਅਸੀਂ ਇਹ ਜਸਟ ਪੰਜਾਬੀ ਦੇ ਉੱਤੇ ਸ਼ੋਅ ਵੇਖਿਆ ਔਰ ਅਸੀਂ ਕੇਟਰਿੰਗ ਬੁੱਕ ਕਰਾਉਣਾ ਚਾਹੁੰਦੇ ਹਾਂ ਜਾਂ ਅਸੀਂ ਤੁਹਾਡੇ ਕੋਲ ਖਾਣਾ ਖਾਣ ਆਉਣਾ ਚਾਹੁੰਦੇ ਹਾਂ, ਯੂ ਵਿਲ ਗੈਟ ਅ ਗੁੱਡ ਡਿਸਕਾਊਂਟ ਔਲਸੋ। ਇਹ ਸਿਰਫ ਜਸਟ ਪੰਜਾਬੀ ਹੀ ਤੁਹਾਡੇ ਲਈ ਕਰ ਸਕਦਾ ਹੈ। ਔਰ ਜਿਹੜੇ ਹਜੇ ਤੱਕ ਸੋਚ ਰਹੇ ਨਹੀਂ ਕਿ ਯਾਰ ਮੈਂ ਰੈਸਟੋਰੈਂਟ ਖੋਲ੍ਹਣਾ, ਮੈਂ ਰੈਸਟੋਰੈਂਟ ਖੋਲ੍ਹਣਾ, ਮਨ ਕਰ ਰਿਹਾ ਬਾਰ ਬਾਰ, ਲੇਕਿਨ ਸਿਰਫ ਤੁਹਾਨੂੰ ਕੋਈ ਹੋਰ ਚੀਜ਼ ਰੋਕ ਰਹੀ ਹੈ, ਸੋ ਨਾਓ ਯੂ ਕੈਨ ਕਾਲ ਦਿਸ ਨੰਬਰ, ਯੂਰ ਡਰੀਮ ਕੈਨ ਕਮ ਟਰੂ। ਦੇ ਵਿਲ ਲੈਟ ਯੂ ਨੋ ਹਾਊ ਟੂ ਓਪਨ ਅ ਰੈਸਟੋਰੈਂਟ, ਦੇ ਵਿਲ ਲੁੱਕ ਫੋਰ ਯੂਰ ਗੁੱਡ ਲੋਕੇਸ਼ਨ। ਇਫ ਯੂ ਆਰ ਰੈਡੀ ਟੂ ਚੇਂਜ ਯੂਰ ਫੀਲ ਐਂਡ ਯੂ ਵਾਂਟ ਟੂ ਗੋਇੰਗ ਟੂ ਹੋਸਪਿਟੈਲਿਟੀ ਬਿਜ਼ਨਸ, ਨੰਬਰ ਟੀਵੀ ਸਕਰੀਨ ਦੇ ਉੱਤੇ ਹੈਗਾ, ਫਿਰ ਨਾ ਕਹਿਣਾ ਹਰਕੀਰਤ ਸਾਨੂੰ ਦੱਸਿਆ ਨਹੀਂ। ਬਿਜ਼ਨਸ ਆਫ ਦਾ ਵੀਕ ਦੇ ਵਿੱਚ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਤੁਹਾਨੂੰ ਬਿਜ਼ਨਸ ਦੇ ਨਾਲ ਵੀ ਮਿਲਵਾਈਏ। ਔਰ ਜੇਕਰ ਤੁਸੀਂ ਕੋਈ ਬਿਜ਼ਨਸ ਖੋਲ੍ਹਣ ਦੀ ਸੋਚ ਰਹੇ ਹੋ, ਖਾਸ ਤੌਰ ਦੇ ਉੱਤੇ ਰੈਸਟੋਰੈਂਟ ਖੋਲ੍ਹਣ ਦੀ ਸੋਚ ਰਹੇ ਹੋ, ਐਂਡ ਯੂ ਵਾਂਟ ਹੈਵ ਦਿਸ ਬਿਜ਼ਨਸ ਐਜ਼ ਅ ਸੈਕੰਡਰੀ ਬਿਜ਼ਨਸ ਐਂਡ ਯੂ ਵਾਂਟ ਅਰਨ ਐਕਸਟਰਾ ਮਨੀ, ਸੋ ਆਈ ਥਿੰਕ ਕਾਲ ਸ਼ਿਵਨ, ਹੀ ਵਿਲ ਹੈਲਪ ਯੂ ਆਊਟ ਐਂਡ ਹੀ ਇਜ਼ ਯੋਰ ਗਾਏ। ਹੀ ਵਿਲ ਲੈਟ ਯੂ ਨੋ ਅਬਾਊਟ ਦੀ ਐਂਬੀਅੰਸ, ਹੀ ਵਿਲ ਲੈਟ ਯੂ ਨੋ ਅਬਾਊਟ ਦੀ ਟੀਮ, ਹੀ ਵਿਲ ਲੈਟ ਯੂ ਨੋ ਅਬਾਊਟ ਯੋਰ ਲੋਕੇਸ਼ਨ, ਅਬਾਊਟ ਯੋਰ ਫੂਡ ਮੈਨਿਊ, ਅਬਾਊਟ ਯੂ ਨੋ ਕੋਸਟ ਪ੍ਰੋਡਕਸ਼ਨ ਆਫ ਯੋਰ ਫੂਡ, ਯੋਰ ਲੋਕੇਸ਼ਨ, ਯੋਰ ਰੈਸਟੋਰੈਂਟ, ਐਵਰੀਥਿੰਗ।
थैंक यू बाजी थैंक यू फॉर श्योर ठीक है थैंक यू राहुल थैंक यू मैम एंड वन थिंग आई वुड लाइक टू ऐड अबाउट शिवन लाइक आई केम हियर एज अ स्ट्रेंजर But within 2-3 months, he made me feel like a family. Very so nice. I come here like quite often. So it's not with you. It's likewise actually. Yeah. And jithe tuhanu pyar milda, tusi utthe jaake rehna vi chahunde ho, business vi karna chahunde ho. And I think you can get that kind of pyar here in Lotus Asian Fusion Restaurant. मैं नैक्सट वीक आवाँगा सैटरडे 7:30 PM किसी होर बिजनेस दे नाल ते उना दे वे बिजनेस दी USP दसांगे कोविड चल रहा है कोई गल नहीं जस पंजाबी तुहाडी मदद दे लई तुहाडे नाल मोढ़े नाल मोढ़ा मिला के खड़िया होया और तुहाडे बिजनेस नू अपलिफ्ट करन दे विच असी वी तुहाडे नाल जुड़ना चाहुंदे आ किसी स्टेट दे विच तुसी बिजनेस करदे हो एंड यू वांट अस देयर इन योर स्टेट मैनू ईमेल कर दो harkeerat@justbroadcasting.com दे उत्ते तुसी ईमेल कर सकते हो या फिर तुसी मैनू कॉल भी कर सकते हो 6466397320 ਦੇ ਉੱਤੇ ਕਾਲ ਕਰਕੇ ਅਸੀਂ ਤੁਹਾਡੇ ਸਟੇਟ ਦੇ ਵਿੱਚ ਆਵਾਂਗੇ ਤੁਹਾਡੇ ਬਿਜ਼ਨਸ ਨੂੰ ਕਵਰ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਤੁਹਾਡਾ ਬਿਜ਼ਨਸ ਕੀ ਹੈ ਕਿਉਂਕਿ ਸਾਡਾ ਇਹੀ ਏਮ ਹੈਗਾ ਕਿ ਵੀ ਵਾਂਟ ਟੂ ਪ੍ਰਮੋਟ ਯੋਰ ਬਿਜ਼ਨਸ ਆਈ ਵਿਲ ਕਮ ਟੂ ਯੂ ਐਂਡ ਵਿਲ ਆਸਕ ਯੂ ਵਟ ਇਜ਼ ਯੋਰ ਬਿਜ਼ਨਸ ਟਿਲ ਦਾ ਟਾਈਮ ਹੈਵ ਅ ਗੁੱਡ ਵੀਕਐਂਡ ਧਿਆਨ ਰੱਖਣਾ ਮਾਪਿਓ ਨੂੰ ਖੁਸ਼ ਰੱਖਣਾ ਆਪਣੇ ਆਪ ਨੂੰ ਵੀ ਖੁਸ਼ ਰੱਖਣਾ ਹਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਆ ਵਾਈਫ ਨੂੰ ਜ਼ਰੂਰ ਖੁਸ਼ ਰੱਖਣਾ ਯਾਰ ਠੀਕ ਹੈ ਜੀ ਸੋ ਵਿਦ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਦੀਮਾਨ ਵਿਦ ਵਿਗਨੇਸ਼ ਹਰਕੀਰਤ ਸਿੰਘ ਆਲੂਵਾਲੀਆ ਜਸ ਪੰਜਾਬੀ ਦੇ ਲਈ